ਆਂਟੀ ਜੀ ਸਤਿ ਸ੍ਰੀ ਅਕਾਲ ਤੁਸੀਂ ਠੀਕ ਹੋ ਕਿਦਾ ਫੋਨ ਹੈ ਕਮਲੀ ਕੇ ਆਂਟੀ ਤੁਸੀਂ ਮੈਨੂੰ ਜ਼ੋਰ ਜ਼ੋਰ ਕੇ ਕਿਉਂ ਬੋਲਦੇ ਪਏ ਕਿਦਾ ਫੋਨ ਹੈ ਮੰਮੀ ਸੇ ਬਿਲ ਮੰਮੀ ਦਾ ਫੋਨ ਹੈ ਕਹਿੰਦੀ ਜਾਂਦੀ ਵੀ ਮਾਂ ਨਾਲ ਗੱਲ ਕਰਾ ਲੈ ਰਾਂ ਦੇ ਕੀ ਕਹਿੰਦੀ ਦੇ ਆਂਟੀ ਜੀ ਤੁਸੀਂ ਸਾਡੇ ਘਰ ਨਹੀਂ ਆਏ ਫੋਨ ਦੇ ਉਰਾ ਹੈਲੋ ਨਹੀਂ ਨਹੀਂ ਤੈਨੂੰ ਕਿੰਨੇ ਗਿਆ ਕਿੰਨੇ ਦੇਖਿਆ ਉਹੀ ਤਾਂ ਕਹਿਣਾ ਲੈ ਤੇਰੀ ਰੂੜੀ ਕਿੱਥੇ ਤੇ ਮੇਰੀ ਰੂੜੀ ਕਿੱਥੇ ਮੰਮੀ ਜੀ ਇੱਧਰ ਹੀ ਸਾਡੀ ਰੂੜੀ ਇੱਟ ਲੱਗੀ ਹੈ ਇੱਟਾਂ ਨਹੀਂ ਲਾਈਆਂ ਤੇਰੀ ਰੂੜੀ ਇੱਧਰ ਆ ਗਈ ਤੇ ਮੇਰੀ ਰੂੜੀ ਸਿੱਧਾ ਵੱਟ ਤੂੰ ਜਾ ਕੇ ਵੇ ਮੁੜ ਕੇ ਵੀ ਸਾਡੀ ਰੂੜੀ ਇੱਧਰ ਹੈ ਉਹਂਚੀ ਤਾਂ ਕਹਿਣਾ ਲਈ ਮੈਂ ਕਿਉਂ ਸੁੱਟਾਂਗੀ ਭਈ ਮੰਮੀ ਕੀ ਸੁੱਟਿਆ ਮੈਂ ਤਾਂ ਆਪਣੀ ਵੀ ਸੁੱਟ ਕੇ ਆਈ ਸੀ ਮੰਮੀ ਕੀ ਸੁੱਟਿਆ ਹੈ ਮੈਂ ਆਪਣੀ ਰੂੜੀ ਨੂੰ ਸੁੱਟ ਕੇ ਆਈ ਆ ਮੰਮੀ ਜੀ ਕੀ ਸੁੱਟਿਆ ਹੈ ਤੈਨੂੰ ਸੁੱਟਿਆ ਰੂੜੀ ਦੇ ਲੱਗੀ ਬੋਲਣ ਮੈਨੂੰ ਕਿਉਂ ਸੁੱਟਿਆ ਨਹੀਂ ਹੁਣ ਜਿਹੜਾ ਹਨੇਰੀ ਆ ਗਈ ਏ ਤੇ ਹਨੇਰੀ ਨੇ ਉਧਰੋਂ ਚੱਕ ਕੇ ਉਧਰ ਕਰ ਛੱਡਿਆ ਤੇ ਮੇਰਾ ਕੀ ਕਸੂਰ ਇਹਦੇ ਚ ਮੈਨੂੰ ਆਹ ਤੈਨੂੰ ਚੁੱਪ ਕਰ ਜਾ ਨਹੀਂ ਹਨੇਰੀ ਆਈ ਕਿੰਨੀ ਹਨੇਰੀ ਆਈ ਥੋੜੀ ਹਨੇਰੀ ਆਈ ਏ ਤੇ ਫੇਰ ਉਧਰੋਂ ਹਨੇਰੀ ਨਾਲ ਉਧਰ ਹੋ ਗਿਆ ਉੱਡ ਕੇ ਤੇ ਮੈਂ ਕੀ ਹਨੇਰੀ ਨੂੰ ਵੀ ਤੂੰ ਉੱਡ ਕੇ ਤੇ ਇਧਰੋਂ ਵੀ ਚੁੱਕ ਕੇ ਤੇ ਉਧਰ ਕਰ ਦੇ ਕੂੜਾ ਕੂੜਾ ਫੇਰ ਉਹੀ ਵੀ ਗੱਲ ਆ ਮੈਂ ਨਹੀਂ ਸੁੱਟਿਆ ਗਾ ਤੇਰੀ ਰੂੜੀ ਤੇ ਨਹੀਂ ਹਨੇਰੀ ਨਾਲ ਉੱਡ ਕੇ ਹਨੇਰੀ ਨੂੰ ਥੋੜੀ ਕੋਈ ਰੋਕ ਸਕਦਾ ਮੈਂ ਸੁੱਟਿਆ ਸੀ